So when you are in sin, it's so many years, so I'm going to be chatting to you. I'm going to be a bunch of people. So I'm going to be a मेरे माता जी ने सतविंदर कौर जी अभी आए ने इस प्रोग्राम दे विच अते इना दा भी धन्नवाद किया जाता है। तुसी देख सकते हो किवें इन्हां ने सैलीब्रेट किया। देखो 100 लिखा आया उपर, 100 साल पूरे होते है ना, किन्ना अच्छा लगता जी। रब इन्हां नूं होर लंबी उम्र बख्शे। सत श्री अकाल दोस्तों, मैं थोड़ा अपना सिमरनदीप सिंह वन एस कौर, चीफ एडिटर वन एस कौर एक अकाल सिमरन न्यूज चैनल। अज असी जिस शख्सियत नाल तुहानूं मिलाउण जा रहे हैं वह ने सरदार ईशर सिंह जी सोपकी जी जी, जिन्हां ने अपनी जवानी वेले अते अपने बुढ़ापे वेले वह काम किए जो किसी के वास्ते नहीं, अते इन्हां ने किताबां भी लिखिया। अते अज जो चंगा ही सुभाग्य भरिया जो अज समा इन्हां नूं प्राप्त होया, परमात्मा की दया हुई इन्हां ते, अज है 101वां जो अपना जन्मदिन मना रहे हैं। साढ़े चैनल वालों पहला तो इन्हां नूं बहुत बहुत मुबारकबाद दी जाती है। अते दो शब्द है साढ़े चैनल के माध्यम नाल देश विदेश में साढ़ा चैनल वेखदे दर्शकों नूं यह संबोधन करेंगे जी। सत श्री अकाल जी, ईशर सिंह सोपकी साहब सत श्री अकाल। हाँ जी, असीं तुहानूं पुछना चाहते हैं तुसीं अज तक अपने जीवन के बड़ा संघर्ष किया, बड़े चंगे नेक काम किए जो असीं सुनिया है, अते सानूं बड़ा ही चंगा लग्या। अते तुसीं अपने बारे अते अगे जो साडी पीढ़ी आ रही है उन्हां नूं सुनेहा भी दिओ अते अपने विचार प्रगट करो। Thank you.
ਉਸੇ ਬਾਤ ਉਸੀ ਬਾਤ ਸਬਸੇ ਬਾਤ ਮੈਂ ਕਹਿਣ ਕਰਨਾ ਔਰ ਦੇਸ਼ ਦੀ ਆਜ਼ਾਦੀ ਬਾਰੇ ਜਾਂ ਪੰਜਾਬੀ ਯੂਨੀਵਰਸਿਟੀ ਜੋ ਪੰਜਾਬ ਨੂੰ
अच्छा जी, कर लिया
ਠੀਕ ਹੈ ਜੀ। ਪਹਿਲਾਂ ਤਾਂ ਤੁਹਾਨੂੰ ਦੋਨਾਂ ਨੂੰ ਤੁਹਾਨੂੰ ਪੂਰੀ ਜੋੜੀ ਨੂੰ ਜੋ ਪਹਿਲਾਂ ਸਭ ਤੋਂ ਸਾਡੇ ਵੱਲੋਂ ਵਧਾਈ ਹੈ। ਤੁਸੀਂ ਅਸੀਂ ਸਭ ਤੋਂ ਪਹਿਲਾਂ ਤਾਂ ਇਹੀ ਪਰਮਾਤਮਾ ਅੱਗੇ ਕਾਮਨਾ ਕਰਦੇ ਕਿ ਤੁਹਾਡੀ ਦੋਨਾਂ ਦੀ ਉਮਰ ਲੰਬੀ ਜਾਵੇ ਅਤੇ ਅਸੀਂ ਕਹਿਣ ਵਾਲੇ ਬਣੀਏ ਕਿ ਬਈ ਆਹ ਜੋੜੀ ਹੈ ਜਿਹੜੀ ਇਹ ਸਭ ਤੋਂ ਵੱਧ ਲੰਬੀ ਉਮਰ ਵਾਲੀ ਜੋੜੀ ਹੈ। ਪਰਮਾਤਮਾ ਸਾਡੀ ਜਵਾਨ ਨੂੰ ਵੀ ਭਾਗ ਲਾਵੇ, ਸੱਚ ਹੋਵੇ। ਅਤੇ ਇਸੇ ਦੇ ਨਾਲ ਹੀ ਮੈਂ ਹੁਣ ਜੋ ਮੈਂ ਗੱਲ ਕਰਵਾਉਣ ਜਾ ਰਿਹਾ ਇਹ ਸੋਪੀ ਸਾਹਿਬ ਦੇ ਬੇਟੇ ਨੇ, ਇਹ ਵੀ ਦੋ ਸ਼ਬਦ ਸਾਂਝੇ ਕਰਨਗੇ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨਜੀਤ ਸਿੰਘ ਜੀ। ਸਾਡੇ ਸਾਡਾ ਨਾਮ ਕਰਨਜੀਤ ਸਿੰਘ ਜੀ ਹੈ ਜੀ। ਮੈਂ ਸਾਡੇ
ਇਹਨਾਂ ਦੇ ਤਿੰਨਾਂ ਪੁੱਤਰਾਂ ਨੂੰ ਮਿਲਿਆ ਅਤੇ ਇਹਨਾਂ ਦੀ ਤਾਰੀਫ ਵੀ ਸੁਣੀ ਆ ਅਤੇ ਪਿਤਾ ਜੀ ਦੇ ਨਾਲ ਜੋ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਮਾਂ ਬਿਤਾਇਆ ਉਹਨਾਂ ਦੇ ਗੁਣ ਪ੍ਰਾਪਤ ਕੀਤੇ ਦੇ ਅਤੇ ਲੋਕਾਂ ਨੂੰ ਅੱਡ ਅੱਡ ਆਪਣੀ ਥਾਵਾਂ 'ਤੇ ਜਾ ਕੇ ਆਪਣੇ ਕਰੀਅਰ ਦੇ ਰਾਹੀਂ ਆਪਣੇ ਜੋ ਪੇਸ਼ੇ ਰਾਹੀਂ ਲੋਕਾਂ ਦੀ ਸੇਵਾ ਕਰ ਰਹੇ ਨੇ। ਸੋ ਇੰਨਾ ਕਹਿੰਦਾ ਹੋਇਆ ਤੁਹਾਡਾ ਆਪਣਾ ਸਿਮਰਨਦੀਪ ਸਿੰਘ ਵਨ ਐਸਕੋਰ ਨਿਊਜ਼ ਚੈਨਲ ਤੋਂ ਚੀਫ ਐਡੀਟਰ ਅਤੇ ਇੱਕ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ ਸਰਦਾਰ ਸੁਰਕੌਰ ਸਿੰਘ ਜੀ ਗਿੱਲ ਸਾਹਿਬ, ਇਹਨਾਂ ਦੇ ਮਿੱਤਰ ਨੇ। ਤੁਸੀਂ ਸੀ ਸੋਫੀ ਸਾਹਿਬ ਬਾਰੇ ਕਿੰਨਾ ਕੁ ਜਾਣਦੇ ਹੋ ਅਤੇ ਕੀ ਜਾਣਦੇ ਹੋ ਅਤੇ ਸੋਫੀ ਸਾਹਿਬ ਬਾਰੇ ਸਾਨੂੰ ਥੋੜ੍ਹਾ ਜਿਹਾ ਚਾਨਣ ਪਾਓ ਹੋਰ? ਸੋ ਸਾਡੇ ਨਾਲ ਸੋਫੀ ਸਾਹਿਬ ਦੇ ਜੋ ਮਿੱਤਰ ਨੇ ਵਿਸ਼ੇਸ਼ ਤੌਰ 'ਤੇ ਵੀ 101 ਸਾਲਾਂ ਮਨਾਉਣ ਆਏ ਨੇ। ਇਹਨੇ ਬਾਪੂ ਸਰਕੌਰ ਸਿੰਘ ਗਿੱਲ ਰਿਟਾਇਰਡ ਇੰਟਰ ਸਾਹਿਬ 5 MA ਜਿਨ੍ਹਾਂ ਨੇ ਕਰੀਆਂ ਹੋਈਆਂ ਨੇ, ਅਕਸਰ ਹੀ ਚਰਚਾ ਵਿੱਚ ਰਹਿੰਦੇ ਨੇ ਅਤੇ ਇਹ ਵੀ ਆਪਣੇ ਮਿੱਤਰ ਦਾ ਜੋ ਜਨਮ ਦਿਨ ਮਨਾਉਣ ਆਏ ਨੇ ਅਤੇ ਅੱਜ ਇਹ ਵੀ ਦੋ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ ਜੀ। ਬੱਚੇ ਉਹਨਾਂ ਦੇ ਬੱਚੇ ਅਤੇ ਸਾਡੀ ਮੂਰਤੀ ਉਸ ਬਜ਼ੁਰਗ ਦੇ ਪੈਰਾਂ 'ਚ ਬਹਿ ਜਾਣਾ ਜਿਹਨਾਂ ਵਿੱਚ ਇੰਕ ਸੱਚ ਕਮਾਇਆ, ਸੱਚ ਲਿਖ ਸੱਚ ਹੰਡਾਇਆ ਦੀ ਧਰਤੀ ਉਹ ਬੰਦਾ ਸੱਚ ਕਮਾਉਂਦਾ ਬਹੁਤ ਘੱਟ, ਇਹ ਸੱਚ ਤਾਂ ਬਿਲਕੁਲ ਹੀ ਨਹੀਂ ਲਿਖਿਆ ਜਾਂਦਾ। ਦੋਨੋਂ ਜਾਣੀ ਸੱਚ ਕਮਾਇਆ, ਸੱਚ ਹੰਡਾਇਆ ਅਤੇ ਸੱਚ ਦਾ ਜਾਣਿਆ ਦੇ ਸਾਹਮਣੇ ਦੱਸਣ ਦੇ ਕਿ ਅਸੀਂ ਕੋਈ ਕਰਨਾ ਚਾਹੁੰਦੇ ਸਾਡੇ ਧੰਨ ਭਾਗ ਕਾਮਨਾ ਕਰਦੇ ਹਾਂ। ਅਗਲਾ ਵੀ ਸਾਰਾ ਸਿੰਘਾਂ ਦਾ ਬੋਧ ਬਣਾਈਏ, ਉਸ ਤੋਂ ਅਗਲਾ ਵੀ ਬਣਾਈਏ ਤਾਂ ਕਿ ਇਹ ਸਰੀਰ ਉੰਨੀ ਮਜ਼ਬੂਤ ਹੋਈ ਜਾਵੇ, ਉੰਨੀ ਸਾਡੇ ਕੋਲੋਂ ਸੁਰੱਖਿਆ ਦੇ ਜਿਉਂਦੇ ਜਾਂਦੇ ਜਾਗਦੇ ਸਾਡੇ ਸਾਹਮਣੇ ਸਾਡੇ ਕਰਨ ਵਾਲੇ ਧੰਨ ਭਾਗ ਕਹਿੰਦੇ ਹੈ ਨਾ ਸਾਲ ਕੇ ਦਿਨ ਹੋ 1000 ਤੁਮ ਜਿਓ ਹਜ਼ਾਰੋ ਸਾਲ। ਸੋ ਅਸੀਂ ਵੀ ਇਸੇ ਦੇ ਨਾਲ ਹੀ ਇਹਨਾਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ। ਧੰਨਵਾਦ ਜੀ। ਵਨ ਐਸ ਕੋਰ ਪੇਕ ਕਾਲ ਸਿਮਰਨ ਨਿਊਜ਼ ਚੈਨਲ।